ਅਸੀਂ ਵੀ ਹੁਣ ਬੋਲੀ ਲਾ ਸਕਦੇ ਆ ਨਹੀਂ ਨਹੀਂ ਤਾਂ ਕਿਹਾ ਕਿਹਾ ਓ ਨਹੀਂ ਸਾਨੂੰ ਮਾਨਕ ਦਵਾਈਆਂ ਕਹਿ ਕੇ ਦਵਾਈਆਂ ਇਹ ਮਾਨਕ ਨੂੰ ਕਹਿ ਕੇ ਦਵਾਈਆਂ ਕਹਿ ਕੇ ਮਾਨਕ ਨੂੰ ਦਵਾਈਆਂ ਕਹਿ ਕੇ ਤੂੰ ਆਪ ਨਹੀਂ ਮਾਨਕ ਪਾਉਂਦਾ ਤੁਸੀਂ ਕਹਿੰਦਾ ਫਿਰ ਆਪਾਂ ਵੇਚ ਲਾ ਹੋ ਗਿਆ ਬੱਕਰੀ ਮਾਰੀ ਹੋਈ ਦਾ ਅੱਜ ਮੈਨੂੰ ਫਿੱਟੇ ਲਾ ਇਹ ਮੰਗ ਉਹ ਬੱਕਰੀ ਵੀ ਠੀਕ ਹਾਂ ਆ ਹਾਂ ਆ ਨਾ ਭਾਈ ਇਹ ਬੱਕਰੀ ਦੇਖੋ ਭਾਜੀ वीडियो सबसे पहले देखने के लिए चैनल को सब्सक्राइब करें, घंटी का बटन ऑल पे कर दें ताकि सभी नोटिफिकेशन आप तक सबसे पहले पहुंच जाए। धन्यवाद। नहीं त्यार वक्कर गए जरा मैं भी सोच कले अपने तैयारी वाला था मैं कम हले छा जाटे रहे हैं टक्कर टक्कर मार देंगे पशु बेच यार ना पशु साडे बोग बोग जांदे हैं साडे भी मतलब बेचन ते एक होर सी तो पैण तड़के सू भी पई दे नाल दी ओ केवल नु कहो काले अगवार आया आओ भाई केड़ा आओ होंदा आओ भाई बाले थले ओदे नहीं ला के गए ये 18,000 का जोड़ी का छोटिया ਤੇ 9,000 ਦੀ ਉਹ ਲਈ ਜੇ ਜਮਾ ਉਹ ਵੇਚ ਕੇ ਪਹਿਲਾਂ ਕਰੀ ਬੱਕਰੀ ਨੂੰ ਪਹਿਲਾਂ ਨਹੀਂ ਕਿਹੜਾ ਉਹ ਭਾਈ ਉਹ ਤਾਂ ਵੇਚ ਤੇ 20 ਲੱਗ ਗਿਆ 20,000 ਰੁਪਇਆ ਲੈਣਾ ਨਹੀਂ ਨਹੀਂ ਭਾਈ 20 ਨਹੀਂ 20 ਭਾਈ ਦਿਨਾ ਕੱਚੀ ਗੱਲ ਬਣੀ ਚੱਕ ਭਾਈ ਬੋਲੋ 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 24 ਬੋਲੋ ਹੈ 24 ਜਾ ਹੋਊਗਾ ਯਾਰ ਹੋਊਗਾ 24 ਦਾ ਫੜਾ ਦੇ ਖੜਾ ਹੋ ਗਿਆ ਹਾਂਜੀ ਚੱਕ ਭਾਈ ਬਲਦੇਵ ਠੀਕ ਆ ਠੀਕ ਆ ਠੀਕ ਆ ਤੂੰ ਆਪ ਨਹੀਂ ਮੰਨ ਪਾਉਂਦਾ ਆਇਆ ਤੁਸੀਂ ਕਹਿੰਦਾ ਫਿਰ ਆਪਾਂ ਵੇਚ ਲਾ ਕਰਮ ਵਾਲੇ ਵਿੱਚ ਬੜੇ ਵੇ ਆ ਲਿਖ ਦੇ ਮਾਨਕ ਦੇ ਨਾਂ ਦੀ ਪਰਚੀ ਆਉ ਜੇ ਨਹੀਂ ਨਾ ਨਹੀਂ ਅਸੀਂ ਮੰਨਾ ਵੋਟ ਪੀ ਰਿਆ ਬਾਬਾ ਬਾਬਾ ਬਣ ਤੁਲੀ ਲਾ ਕੀ ਮੇਰੇ ਨਾਂ ਨਹੀਂ ਆਉਂਦੇ ਆਪਣੇ ਮੇਰੇ ਪੱਲੇ ਪਾਦੇ ਤੂੰ ਲਈ ਜਾਂਦਾ ਹੁਣ ਇੱਥੇ ਗੁੱਸਣ ਜੇ ਅਸੀਂ ਵੀ ਕਿਸੇ ਨਾਲ ਫਿਰ ਵੀ ਗੁੱਸਾ ਨਾ ਕਰਿਓ ਅਸੀਂ ਵੀ ਹੁਣ ਬੋਲੀ ਲਾ ਸਕਦੇ ਆ ਨਹੀਂ ਨਹੀਂ ਤਾਂ ਕਿਹਾ ਕਿਹਾ ਓ ਨਹੀਂ ਸਾਨੂੰ ਮਾਨਕ ਦਵਾਈਆਂ ਕਹਿ ਕੇ ਦਵਾਈਆਂ ਇਹਨਾਂ ਮਾਨਕ ਨੂੰ ਕਹਿ ਕੇ ਦਵਾਈਆਂ ਕਹਿ ਕੇ ਮਾਨਕ ਨੂੰ ਦਵਾਈਆਂ ਕਹਿ ਕੇ माल दी बकरियां नूं सही है किसे नूं गर्ज होनी है इहनूं सही है जानवर तो सारा माल ही आया जी सारा माल आया हां बस इन्होंने वो तो वह भी दिन लैन गए जी ठीक है जी ठीक है जी वधगा जी वधगा ठीक है ठीक है वधगा जी बुलाओ जी खालसा जी करा दो लिखाई लिखाई करो भाजी किधर गए लो जी लो खालसा जी लिखाई करा दो बोल किन्ने पैसे ₹11,500 12,300 12,700
800 900 पूरा 13 यार ਵੇ ਤਾਂ ਇੱਕੋ ਹੀ ਗੱਲ ਕਹਿਤੀ ਯਾਰ ਕੋਈ ਜਾਇਜ਼ ਜਗ੍ਹਾ 15000 ਰੁਪਏ ਦੀ ਰਸਤਾ ਬਾਲੇ ਦੀ ਮੰਗੀ ਹੈ ਉਹ ਬੱਕਰੀ ਵੀ ਠੀਕ ਆ ਹਾਂ ਆ ਨਾ ਆ ਚੱਕ ਫਿਰ 13.5 ਦੂਗਾ 1 ਰੁਪਿਆ ਵੀ ਨਹੀਂ ਆ ਫੜ ਲਾ ਫੜ ਲਾ ਲਖਾਈ ਨਾ ਅੱਧੋ ਅੱਧੀ ਨਾ ਇਹ ਗੱਲ ਨਾ ਨਾ ਕੁਛ ਨਹੀਂ ਹੁੰਦਾ ਸੌਣਾ ਕੀ ਹੋ ਜੇ ਤੈਨੂੰ ਨਾ ਨਾ ਲਖਾਈ ਆਪੋ ਲਖਾਈ ਆਪੋ ਆਪਣੀ ਲਖਾਈ ਆਪੋ ਕਿੰਨੇ ਹੋ ਗਈ 13.5 ਦੀ 13.5 ਦੀ ਬਹੁਤ ਆ ਹੁਣ ਬਸ ਸਹੀ ਆ ਫਿਰ बकरी मारी हुई मंगते 20 फिर 15 ते आ गए आप जानी हम 13.5 रुपये की ले ली हो गया सौदा हो गया भाई ये बकरी देखो भाजी है ਕੋਈ ਨਹੀਂ ਛੱਡਦਾ ਕਾਲਾ ਬਾਈ ਕਿਹੜਾ ਪਿੰਡ ਹੈ ਜੀ ਗੰਮਟੀ ਜੀ ਗੰਮਟੀ ਤੋਂ ਕਿੰਨੇ ਜਾਨਵਰ ਲਿਆਏ ਤਿੰਨ ਸੀ ਠੀਕ ਹੈ ਕਿੰਨੇ ਦੋ ਬੇਗੇ ਲਿਆਉਂਦੇ ਵੇਚਦੇ ਆ ਤਾਂ ਹਾਂਜੀ ਠੀਕ ਹੈ ਇਹ ਕਿੰਨਵਾਂ ਸੂਆ ਆਉਣੀ ਹੈ ਇਹ ਪੱਕੀ ਬੱਕਰੀ ਹੈ ਜੀ ਇੱਥੇ ਹੁਣ ਤੀਜੀ ਸੂਆ ਚਾਰ ਤੀਜੇ ਮੰਨੇ ਵਿੱਚ ਹੋਇਆ ਉਹ ਥਾਂ ਦਿਖਾ ਦੋ ਥਾਂ ਬੜੀਆ ਠੀਕ ਹੈ ਤਾਂ ਹੁਣ ਤਾਂ ਨਹੀਂ ਕਹੇ ਜੇ ਇੱਕ ਤਰੂ ਨਹੀਂ ਨਹੀਂ 13000 ਮੈਂ ਬਸੇ ਹੋ ਗਈ ਠੀਕ ਹੈ ਭਾਜੀ ਕਰਾ ਦੋ ਲਿਖਾਈ ਸ਼ੁਕਰੀਆ ਜੀ ਔਰ ਚਾਚਾ ਖੜਾ ਬਾ ਖੜਾ ਜੋ ਜਵਾਨੀ ਹੋ ਗਈ ਨਹੀਂ ਠੀਕ ਆ ਹਾਂ ਬਈ ਨਹੀਂ ਕਿੰਨੇ ਮੰਗਦੇ ਹੋ ਬਾਪੂ ਖੜਦੇ ਹੀ 9 ਪਹਿਲਾਂ 8 ਲੱਗਿਆ ਸੀ 8.5 ਦੀ ਆਪਾਂ ਲੈਣੀ ਬਾਟੇ 8 ਲੱਗੀ ਬਾਪੂ ਮਾਨਕ ਨੇ 8 ਖੜਾ ਮਾਨਕ ਕਿੰਨੇ ਲਈ ਮਾਨਕਾ 8 ਲਾਈ ਤੂੰ 8.5 ਦੀ ਬਾਪਾ ਹੁਣ ਤੈਨੂੰ ਕਹਤਾ ਚਲ ਠੀਕ ਆ ਫਿਰ ਯਾਰ ਭਾਈ ਕੌਣ ਤਾਂ ਮੰਨ ਲਗਾ ਨਾ ਨਹੀਂ ਲਖਾਈ ਲਖਾਈ ਛੋਟੀ ਉਹ ਤਾਂ 100 200 ਦਾ ਉਹਦਾ ਕਿੱਡੀ ਗੱਲ ਆ ਯਾਰ ਹੈ ਕਿੰਨੇ ਦੀ ਮੇਰੀ 9 ਦੀ ਕਿਹੜੀ 9 ਦੀ ਮੇਰੀ ਹੋਣੀ 9 ਦੀ ਆ ਜਾ ਇੱਥੇ ਆ ਜਾ ਫਿਰ ਕੋਈ ਨਾ ਆ ਬੇ ਚਾਮੜਾ ਜਾ ਨਾ ਸਾਈ ਫੜਾ ਬਾ 9 ਦੀ ਹੋ ਗਈ ਫੜਾ 9 ਦੀ ਖੋਸ਼ ਆ ਪੈਸੇ ਕਣਾ ਖੋਸ਼ ਆ 9 ਦੀ ਹੁਣ ਖੋਸ਼ ਆ ਬਾ ਠੀਕ ਆ ਚੱਕ ਬਈ 9 ਦੀ ਹੋ ਗਈ ਆ ਫੜ ਸਾਈ ਲੈ ਵੀ 9000 ਦੀ ਹੋ ਗਈ ਬਾਈ ਠੀਕ ਆ 8 ਲੈ ਕੇ ਆਉਣੀ ਆ ਉਹ ਵੀ ਤੈਨੂੰ ਦੇ ਦਾਂਗੇ 8 ਵੀ ਦੇ ਦਾਂ ਕੋਈ ਚੱਕਰ ਨਹੀਂ ਚੱਕ ਬਾਈ 9000 ਦੀ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਕਰ ਦੇਖਣਾ ਬਗਾ ਨਹੀਂ ਨਹੀਂ ਫੇਰ ਹੋ ਜਾ ਠੀਕ ਆ ਬਾਈ ਠੀਕ ਹੈ ਉਹ ਮੰਗਦੇ ਨਹੀਂ ਮੌਤ ਨਹੀਂ ਮਿਲਦੀ ਠੀਕ ਆ ਬਾਈ 9 ਦੀ ਬਾਈ ਹਾਂ ਆ ਬਾਈ ਨੇ ਲਈ 9000 ਦੀ ਕਿਹੜਾ ਪਿੰਡ ਆ ਵੀਰੇ ਕਰਦੇ ਜਲਾਲ ਜੀ ਨਹੀਂ 8.5 ਦੀ ਲੈਂਦੇ ਮਾਨਕ ਨਾ ਮਾਨਕ ਮਾਨਕ ਜੱਜ ਕੀ ਪੜ ਤੈਨੂੰ ਸਹੀ ਹੈ 9 ਦਾ ਹਾਂ ਹਾਂ ਠੀਕ ਹੈ ਸਹੀ ਹੈ ਕਿਹਦਾ बहुत सही है।